ਅਤੇ ਮੈਂ ਉਹਨੂੰ ਕਿਹਾ ਸੀ ਕਿ ਇਹ ਲਾਂਘਾ ਕਦੇ ਨਹੀਂ ਰੁਕ ਸਕਦਾ, ਇਹ ਲਾਂਘਾ ਬਣ ਕੇ ਰਹੇਗਾ ਔਰ 8 ਨਵੰਬਰ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਵਾਂਗੇ। ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਤੋਂ ਬਾਅਦ ਤਮਾਮ ਪੰਜਾਬ ਦੀਆਂ ਨਜ਼ਰਾਂ ਕਰਤਾਰਪੁਰ ਕੋਰੀਡੋਰ 'ਤੇ ਟਿਕੀਆਂ ਹੋਈਆਂ ਸਨ, ਜਿਸ ਨੂੰ ਲੈ ਕੇ ਵੱਖ-ਵੱਖ ਕਿਆਸ ਲਗਾਏ ਜਾ ਰਹੇ ਸਨ। ਪਰ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਰੰਧਾਵਾ ਨੇ ਦਾਅਵਾ ਕੀਤਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਪੰਜਾਬ ਸਰਕਾਰ ਸਾਰੇ ਕੰਮਾਂ ਨੂੰ ਤੈਅ ਸਮੇਂ 'ਤੇ ਮੁਕੰਮਲ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਵੀ ਹੈ। ਰੰਧਾਵਾ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦਾ ਕੰਮ 5 ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ, ਜਦਕਿ ਪਾਕਿਸਤਾਨ ਨੇ ਕਿਹਾ ਕਿ 8 ਨਵੰਬਰ ਨੂੰ ਲਾਂਘਾ ਖੋਲ ਦਿੱਤਾ ਜਾਵੇਗਾ। ਇਹ ਬੜਾ ਹਿਸਟੋਰੀਕਲ ਜਿਹੜੇ ਇਵੈਂਟ ਜਿਹੜੀ ਆ ਰਹੀ ਆ 8 ਨਵੰਬਰ ਦਾ, ਜਿਹੜਾ ਉਹਨਾਂ ਟੈਂਟੇਟਿਵ ਪਾਕਿਸਤਾਨ ਗੌਰਮੈਂਟ ਨੇ ਦਿੱਤਾ ਕਿ ਅਸੀਂ 8 ਤਰੀਕ ਨੂੰ ਰਸਤਾ ਖੋਲ੍ਹਾਂਗੇ, ਔਰ ਉਸ ਦਿਨ ਦੀ ਤਿਆਰੀਆਂ ਜਿਹੜੀਆਂ ਪਹਿਲਾਂ ਸਾਡੀਆਂ ਆਲਰੇਡੀ ਚੱਲ ਰਹੀਆਂ ਸੀ। ਅਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਸੁਲਤਾਨਪੁਰ ਲੋਧੀ ਆ, ਅਤੇ ਉਹਦੇ ਨਾਲ ਪੈਰਲ ਜਿਹੜੀ ਹੈ ਕਿ ਇਹ ਵੀ ਬੜੀ ਹਿਸਟੋਰੀਕਲ ਈਵੈਂਟ ਹੋਏਗੀ, ਔਰ ਪੂਰੇ ਵਰਲਡ ਦੀਆਂ ਨਜ਼ਰਾਂ ਅੱਜ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਪਰ ਲੱਗੀਆਂ। ਉਹਦੇ ਲਈ ਉਹਨਾਂ ਨੇ ਕਿਹਾ ਕਿ ਉੱਥੇ ਜਾ ਕੇ ਇਮੀਡੀਏਟਲੀ ਜਿੰਨੇ ਵੀ ਸਾਰੇ ਇੰਤਜ਼ਾਮ ਨੇ ਪਰਮਾਨੈਂਟਲੀ ਆਫਿਸਰਸ ਦੀ ਅਸੀਂ ਡਿਊਟੀ ਲਾ ਦਿੱਤੀ, ਉਹਦੇ ਵਿੱਚ ਕੋਆਪਰੇਟਿਵ ਡਿਪਾਰਟਮੈਂਟ ਦੇ ਜਿਹੜੇ RCS ਨੇ ਉਹਨਾਂ ਨੂੰ ਨੋਡਲ ਆਫਿਸਰ, ਮਾਰਕਫੈਡ, ਮਿਲਕਫੈਡ, ਕੋਆਪਰੇਟਿਵ ਬੈਂਕ ਔਰ ਸ਼ੂਗਰਫੈਡ, ਲੈਂਡਮਾਰਕੇਜ ਬੈਂਕ, ਇਹ 5 IS ਆਫਿਸਰਸ ਦੀ, ਅਤੇ ਉਹਨਾਂ ਦੇ ਉੱਪਰ RCS ਜਿਹੜੇ ਉਹਨਾਂ ਦੀ ਡਿਊਟੀ ਲਾ ਦਿੱਤੀ ਹੈ ਕਿ ਉਹ ਪਰਮਾਨੈਂਟਲੀ ਇਹਨਾਂ ਨੂੰ ਡੇ ਟੂ ਡੇ ਸੁਪਰਵਾਈਜ਼ ਕਰਨਗੇ ਔਰ ਇਮੀਡੀਏਟਲੀ ਜਿਹੜੀ ਜਿਹੜੀ ਰਿਕੁਆਇਰਮੈਂਟਸ ਨੇ ਉਹਨਾਂ ਪੂਰੀਆਂ ਕਰਕੇ 5 ਨਵੰਬਰ ਤੱਕ ਅਸੀਂ ਹਰ ਚੀਜ਼ ਦੀ ਜਿਹੜੀ ਤਿਆਰੀ ਕਰਕੇ ਅਤੇ ਉਹਦੀ ਅਸੀਂ ਤਿਆਰੀ ਲਈ ਅੱਜ ਇਕੱਠੇ ਹੋਏ ਹਾਂ। ਅਤੇ ਨਾਲ ਹੀ ਸਾਰੇ ਅੱਜ ਡਿਪਾਰਟਮੈਂਟਸ ਵੱਖ ਵੱਖ ਜਿਨ੍ਹਾਂ ਨੂੰ ਕੰਮ ਦਿੱਤੇ ਅਲੋਟਮੈਂਟ ਕੀਤੀਆਂ ਗਈਆਂ, ਉਹਨਾਂ ਨੂੰ ਕਿਹਾ ਕਿ ਅਤੇ ਇਹ ਜਿਹੜਾ ਅਕਤੂਬਰ ਦੇ ਵਿੱਚ ਇਹ ਅਸੀਂ ਸਾਰਾ ਕੁਝ ਹੈਂਡਓਵਰ ਕਰ ਦਿਆਂਗੇ ਤਾਂ ਕਿ ਲੋਕਾਂ ਨੂੰ ਕੋਈ ਇਹਨਾਂ ਜਿਹੜੀ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਜਿੱਥੇ ਪੰਡਾਲ ਬਣਨਾ, ਟੈਂਟ ਸਿਟੀ ਬਣਨੀ, ਉਹਦੇ ਨਾਲ ਇੱਕ ਗੁਰੂ ਨਾਨਕ ਬਗੀਚੀ ਬਣਾਵਾਂਗੇ, ਉਹ ਜਿਹੜਾ ਇੱਥੇ ਇਹ ਸਾਰੀਆਂ ਜਿੰਨੀਆਂ ਚੀਜ਼ਾਂ ਨੇ ਕਾਫੀ, ਅਤੇ ਇਹੋ ਜਿਹਾ ਹੁਣ ਕਿ ਹੱਥ ਲਿਖਤ ਜਿਹੜੀਆਂ ਬੀੜਾਂ ਨੇ ਉਹ ਵੀ ਇੱਥੇ ਲਿਆਂਦੇ ਜਾਣਗੀਆਂ। ਉਹ ਪੰਜਾਬੀ ਯੂਨੀਵਰਸਿਟੀ ਕੋਲ 67 ਹੱਥ ਲਿਖਤ ਨੇ, ਸਾਖੀਆਂ ਨੇ, ਉਹ ਹਰ ਚੀਜ਼ ਦੀ ਕੀਤੀ ਜਾਏਗੀ, ਗੁਰਬਾਣੀ ਦਾ ਪ੍ਰਵਾਹ ਹੋਏਗਾ। 15 ਜਿਹੜੇ ਨੇ ਮੁਰਾਗੀ ਹੋਣਗੇ ਜਿਹੜੇ ਵੱਖ ਵੱਖ ਰਾਗਾਂ 'ਚੋਂ ਆਪਣੀ ਬਾਣੀ ਉਚਾਰਨ ਕਰਨਗੇ, ਨਾਲ ਹੀ ਭਗਤਾਂ ਦੀ ਜਿਹੜੀ ਬਾਣੀ ਹੈ ਭੱਟਾਂ ਦੀ ਉਹ ਜਿੱਥੇ ਉਹਦੀ ਸਾਰੀ ਹਰ ਸਟੇਟ ਦੇ ਵਿੱਚੋਂ ਉਹਨਾਂ ਨੂੰ ਸੱਦਿਆ ਜਾਏਗਾ, ਅਤੇ ਉਹ ਨਾਲ ਹੀ ਜਿਹੜੇ ਬਾਹਰੋਂ ਇਤਿਹਾਸਕਾਰ ਆਉਣਗੇ ਜਿਨ੍ਹਾਂ ਨੇ ਆਪਣੇ ਲੈਕਚਰ ਦੇਣੇ ਨੇ, ਉਹਨਾਂ ਜੇ ਕੋਈ ਅਸਾਮੀ 'ਚ ਬੋਲਦਾ ਉਹਦੇ ਨਾਲ ਟਰਾਂਸਲੇਟਰ ਵੀ ਨਾਲ ਲਾਇਆ ਜਾਏਗਾ ਕਿ ਉਹਦੀ ਬੋਲੀ ਨੂੰ ਉਹ ਪੰਜਾਬੀ 'ਚ ਲੋਕਾਂ ਨੂੰ ਸੁਣਾਏ। ਇਹ ਸਾਰੀਆਂ ਚੀਜ਼ਾਂ ਇੱਥੇ ਅਸੀਂ ਕਰਨ ਜਾ ਰਹੇ ਹਾਂ। ਰੰਧਾਵਾ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 22 ਤੋਂ ਲੈ ਕੇ 27 ਅਗਸਤ ਤੱਕ ਇੱਕ ਵਫਦ ਪਾਕਿਸਤਾਨ ਜਾਵੇਗਾ, ਜਿਸ ਵਿੱਚ ਕੈਬਨਿਟ ਮੰਤਰੀ OP ਸੋਨੀ ਅਤੇ ਚਰਨਜੀਤ ਚੰਨੀ ਦੇ ਨਾਲ ਉਹ ਖੁਦ ਵੀ ਸ਼ਾਮਿਲ ਹੋਣਗੇ, ਜਿੱਥੇ ਉਹ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਦੇਖੋ, ਸਭ ਤੋਂ ਮੁੱਦੇ ਜਿਹੜੇ ਸਾਡੇ ਤੇ ਇੱਕੋ ਹੀ ਮੁੱਦਾ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਆ ਰਿਹਾ ਔਰ ਨਨਕਾਣਾ ਸਾਹਿਬ ਔਰ ਡੇਰਾ ਬਾਬਾ ਨਾਨਕ ਦਾ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਉੱਥੋਂ ਰਸਤਾ ਖੁੱਲ੍ਹਣਾ, ਉਹਦੇ ਲਈ ਮੇਨ ਅਸੀਂ ਜਾ ਕੇ ਉਹਨਾਂ ਨੂੰ
ਦੇਖਾਂਗੇ, ਸਾਰੇ ਇੰਤਜ਼ਾਮ ਕਰਾਂਗੇ, ਕਿਉਂਕਿ ਪੰਜਾਬ ਗਵਰਨਮੈਂਟ ਵੱਲੋਂ ਵੀ, ਸਰਕਾਰ ਵੱਲੋਂ ਵੀ ਜਿਹੜਾ ਇਹ ਪ੍ਰੋਗਰਾਮ ਬਣਾਇਆ ਜਾ ਰਿਹਾ। ਅਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉੱਥੇ ਜਾ ਕੇ ਉੱਥੋਂ ਦੇ ਚੀਫ ਮਿਨਿਸਟਰ ਸਾਹਿਬ ਅਤੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਉਹਨਾਂ ਦੇ ਜੋ ਪ੍ਰੋਗਰਾਮ ਨੇ ਅਤੇ ਸਾਡੇ ਜੋ ਪ੍ਰੋਗਰਾਮ ਨੇ ਉਹਨਾਂ ਬਾਰੇ ਉਹਨਾਂ ਨੂੰ ਕੰਸਲਟ ਕਰਕੇ ਗਵਰਨਮੈਂਟ ਆਫ ਇੰਡੀਆ ਕੋਲੋਂ ਸਾਨੂੰ ਪਰਮਿਸ਼ਨ ਮਿਲ ਗਈ ਆ। ਗਰੁੱਪ ਆਫ ਮਿਨਿਸਟਰਸ ਨੂੰ ਜਾਣ ਦੀ, ਸਾਡੇ ਨਾਲ MLAs ਵੀ ਹੋਣਗੇ, ਸਾਡੇ ਨਾਲ ਪੱਤਰਕਾਰ ਵੀ ਹੋਣਗੇ, ਸਾਡੇ ਨਾਲ ਜਿਹੜੇ ਆਫੀਸਰਸ ਵੀ ਹੋਣਗੇ, ਉਹ ਸਾਰੇ ਅਸੀਂ ਇਕੱਠੇ ਇੱਕ ਡੈਲੀਗੇਸ਼ਨ ਜਿਹੜਾ ਉਹ ਪਾਕਿਸਤਾਨ ਗਵਰਨਮੈਂਟ ਨੂੰ ਮਿਲ ਜਾਏਗਾ। ਦੇਖੋ, ਇਸ ਕੰਮ ਲਈ ਗੁਰੂ ਨਾਨਕ ਦੇ ਕੰਮ ਲਈ ਜਿੱਥੇ ਵੀ ਕੋਈ ਗੁੰਡਾ ਅੱਗੇ ਆਏਗਾ, ਉਹ ਗੁੰਡੇ ਨੂੰ ਅਸੀਂ ਬਿਲਕੁਲ ਇੱਕਦਮ ਖਤਮ ਕਰਾਂਗੇ, ਉਸ ਗੁੰਡਾਗਰਦੀ ਨੂੰ। ਔਰ ਜਿਹੜੀ ਇਹ ਕੋਰੀਡੋਰ ਦਾ ਕੋਈ ਵੀ ਕੰਸਟਰਕਸ਼ਨ ਦਾ ਕੰਮ ਆ, ਉਹਦੇ 'ਚ ਕੋਈ ਇਹੋ ਜਿਹੀ ਜਿਹੜੀ ਇਲੀਗਲ ਗੱਲ ਹੈ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅਗਰ ਜੇ ਕੋਈ ਇਹੋ ਜਿਹੀ ਕਰੇਗਾ, ਮੁੱਖ ਮੰਤਰੀ ਸਾਹਿਬ ਉਹ ਇਮੀਡੀਏਟਲੀ ਐਕਸ਼ਨ ਲੈ ਕੇ, ਅਸੀਂ ਇਸ ਕੰਮ ਨੂੰ ਨਹੀਂ ਰੁਕਣ ਦੇਣਾ, ਅਸੀਂ ਹੋਰ ਕਿਸੇ ਕੰਮ ਨੂੰ ਜਿਹੜੇ ਕੋਈ ਇਹੋ ਜਿਹੇ ਵਿੱਚ ਆਉਣਗੇ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਾ। ਪਾਕਿਸਤਾਨ ਨੇ ਕਹਿ ਤਾ ਵੀ 90% ਉਹਨਾਂ ਦਾ ਕੰਮ ਮੁਕੰਮਲ ਹੋ ਗਿਆ, 70% ਸਾਡੇ ਵਿਦਰੋਹ ਹੋ ਗਿਆ, ਸੜਕਾਂ ਨਜ਼ਰ ਆ ਰਹੀਆਂ, ਲੇਕਿਨ ਲੈਂਡ ਪੋਰਟ ਅਥਾਰਟੀ ਦੀ ਗੱਲ ਕੀਤੀ ਜਾਵੇ, ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ, ਕੋਈ ਵੀ ਬਿਲਕੁਲ ਸਾਰਾ ਕੁਝ ਉਹਨਾਂ ਦਾ ਤਿਆਰ ਹੈ, ਸਟਰਕਚਰ ਉਹਨਾਂ ਦਾ ਤਿਆਰ ਹੈ, ਉਹਨਾਂ ਨੇ ਲਿਆ ਕੇ ਹੁਣ ਸਿਰਫ ਇਹ ਇੰਸਟਾਲ ਕਰਨਾ, ਫਾਊਂਡੇਸ਼ਨ ਉਹਨਾਂ ਦੀਆਂ ਬਣ ਗਈਆਂ, ਇਹ ਫੈਬਰੀਕੇਟਡ ਜਿਹੜੀ ਸਟਰਕਚਰ ਆਉਣਾ ਉਹਨਾਂ ਦਾ 10-15 ਦਿਨਾਂ ਦਾ ਕੰਮ ਹੈ। ਉਹਦੇ 'ਚ ਕੋਈ ਵੀ ਅਸੀਂ ਅਕਤੂਬਰ ਦੇ ਲਾਸਟ ਵਿੱਚ ਇਹ ਸਾਰੀਆਂ ਚੀਜ਼ਾਂ ਸਾਡੀਆਂ ਤਿਆਰ ਹੋਣਗੀਆਂ। ਸਾਡੀ ਇੰਡੀਅਨ ਗਵਰਨਮੈਂਟ, ਪੰਜਾਬ ਗਵਰਨਮੈਂਟ ਇਹੋ ਜਿਹੀ ਕੋਈ ਚੀਜ਼ ਨਹੀਂ ਕਿ ਕਿਸੇ ਵੀ ਚੀਜ਼ 'ਤੇ ਵੀ ਰਹਿ ਜਾਏ, ਕਿ ਸਾਡੀਆਂ ਸਾਰੀਆਂ ਤਿਆਰੀਆਂ ਨੇ। ਹੁਣ ਸਿਰਫ ਜੇ ਤਿਆਰੀ ਕਰਨ ਵਾਲੀ ਉਹ ਇਹ ਆ ਕਿ ਜਿਹੜੀਆਂ ਰੋਡਸ ਬਣਨੀਆਂ, ਉੱਥੇ ਜਿਹੜੀ ਫਲਾਵਰਿੰਗ ਕਰਨੀ, ਉੱਥੇ ਪਲਾਂਟੇਸ਼ਨ ਕਰਨੀ, ਇਹ ਚੀਜ਼ਾਂ ਜਿਹੜੀਆਂ ਅੱਜ ਉਹ ਅਸੀਂ ਕਰਕੇ, ਉਹ ਵੀ ਤੁਹਾਡੀ ਤੁਸੀਂ ਬੈਠੇ ਸੀ ਜਿਹੜੀ ਕੀਤੇ, ਅਸੀਂ ਹੋਰ 5-3 ਦੇ ਵਿੱਚ ਇਹ ਸਾਰੇ ਕੰਮ ਸਟਾਰਟ ਕਰਕੇ, ਉਸ ਪਹਿਲਾਂ ਇਹ ਜਿਹੜੀ ਡੇਰਾ ਬਾਬਾ ਨਾਨਕ ਦੀ ਈਵੈਂਟ ਹੋਏਗੀ, ਜਿਹੜੇ ਕਰਤਾਰਪੁਰ ਕੋਰੀਡੋਰ ਹੈ, ਇਹ ਇਕੱਲਾ ਗੁਰੂ ਨਾਨਕ ਸਾਹਿਬ ਜਿਹੜੇ ਸੀ ਜਗਤ ਗੁਰੂ ਸੀਗੇ, ਉਹ ਸਿੱਖਾਂ ਦੇ ਜੇ ਆਪਾਂ ਕਹਿ ਦਈਏ ਗੁਰੂ ਨਹੀਂ ਸੀ ਇਕੱਲੇ, ਉਹ ਜਗਤ ਦੇ ਗੁਰੂ ਸੀ, ਜਿਨ੍ਹਾਂ ਨੇ ਇੰਨੀਆਂ ਉਦਾਸੀਆਂ ਕੀਤੀਆਂ। ਉਹਨਾਂ ਦਾ ਜਿਹੜਾ ਦੇਣ, ਉਹਨਾਂ ਦਾ ਜਿਹੜਾ ਰਸਤਾ ਇਹ ਬਣਨਾ ਖੁੱਲ੍ਹਣ ਲੱਗਾ, ਸ਼ਾਂਤੀ ਦਾ ਉਪਦੇਸ਼ ਜਿਹੜਾ ਜਿੱਥੋਂ ਉਹਨਾਂ ਨੇ ਦਿੱਤਾ। ਔਰ ਇਹ ਤਾਂ ਕੋਈ ਬੜੀ ਵੱਡੀ ਗੱਲ ਹੈ ਕਿ ਖੂਹ ਉਹਨਾਂ ਦਾ ਡੇਰਾ ਬਾਬਾ ਨਾਨਕ ਸੀ, ਅਤੇ ਖੇਤੀ ਉਹਨਾਂ ਦੀ ਜਾ ਕੇ ਰਾਵੀ ਤੋਂ ਪਾਰ ਹੋਈ, ਅਤੇ ਜਿੱਥੇ ਚਾਦਰ ਦੇ 2 ਟੁਕੜੇ ਕੀਤੇ ਗਏ, ਅਤੇ ਉੱਥੋਂ ਹੀ ਇਸ ਦੇਸ਼ ਦੇ 2 ਹਿੱਸੇ ਬਣੇ। ਉਹਨਾਂ ਦੋਨਾਂ ਹਿੱਸਿਆਂ ਤੋਂ ਅੱਜ ਸਾਨੂੰ ਇੱਕ ਜਿਹੜੀ ਸ਼ਾਂਤੀ ਆ, ਜਿਹੜਾ ਕੋਈ ਕੁੜੱਤਣ ਜਿਹੜੀ ਆ ਦੋਨਾਂ ਦੇਸ਼ਾਂ 'ਚ, ਉਹ ਗੁਰੂ ਨਾਨਕ ਸਾਹਿਬ ਦੇ ਉਪਦੇਸ਼ 'ਚ ਉਹਨਾਂ ਦੇ ਰਸਤਾ ਖੁੱਲ੍ਹਣ ਦੇ ਨਾਲ ਉਹ ਕੁੜੱਤਣ ਵੀ ਜ਼ਰੂਰ ਖਤਮ ਹੋਏਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਭਾਰਤ ਵੱਲੋਂ ਪਹਿਲਾ ਜਥਾ ਰਵਾਨਾ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹੋਰ ਮੰਤਰੀ ਮੌਜੂਦ ਰਹਿਣਗੇ। ਪਹਿਲੇ ਉਹਦੇ 'ਚ ਮੇਰਾ ਖਿਆਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਇੱਥੇ ਆਉਣਗੇ ਉਸ ਦਿਨ, ਔਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਸ ਜਿਹੜਾ ਜਥਾ ਜਾਏਗਾ 550 ਉਹਦੇ ਵਿੱਚ ਸਾਰੇ MLAs ਹੋਣਗੇ, ਸਾਰੇ MPs ਹੋਣਗੇ, ਔਰ ਪਾਰਟੀ ਜਿਹੜੇ ਨੇ ਲੀਡਰਸ ਹੋਣਗੇ, ਨਾਲ ਪੱਤਰਕਾਰ ਵੀ ਹੋਣਗੇ, ਉਹ 550 ਦਾ ਜਿਹੜਾ ਜਥਾ ਜਾਏਗਾ ਉਹਦੇ 'ਚ ਸਾਰੇ ਹੋਣਗੇ। ਬੜਾ ਕਲੀਅਰ ਕੱਟ ਬਿਆਨ ਪਾਕਿਸਤਾਨ ਗਵਰਨਮੈਂਟ ਦਾ ਆ ਗਿਆ। ਮੈਂ ਤਾਂ ਉਹਨਾਂ ਦੇ ਬਿਆਨ ਤੋਂ ਪਹਿਲੇ ਕਹਿ ਦਿੱਤਾ ਸੀ ਕਿ ਅਸੀਂ 8 ਤਰੀਕ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਉੱਥੇ ਪਹੁੰਚਾਂਗੇ। ਔਰ ਮੇਰੇ ਕੋਲ ਮੇਰੇ ਸੈਕਟਰੀਏਟ 'ਚ ਜਦੋਂ ਕੱਲ੍ਹ ਮੈਨੂੰ ਪੁੱਛ ਰਹੇ ਸੀ ਇਹਦੇ ਬਾਰੇ ਕਿ ਜੀ ਉਹਨਾਂ ਨੇ ਹਾਈ ਕਮਿਸ਼ਨ ਨੂੰ ਵਾਪਸ ਬੁਲਾ ਲਿਆ, ਸਾਡਾ ਵਾਪਸ ਭੇਜ ਦਿੱਤਾ, ਤਾਂ ਮੈਂ ਕਿਹਾ ਸੀ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ, ਕਿਉਂਕਿ ਪਾਕਿਸਤਾਨ ਗਵਰਨਮੈਂਟ ਨੇ ਇਹਦੇ 'ਤੇ ਇਨੀਸ਼ੀਏਟਿਵ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਪਹਿਲ ਕੀਤੀ, ਔਰ ਉਹਨਾਂ ਨੇ ਬੜਾ ਫਰਾਕ ਦਿੱਲੀ ਦੇ ਨਾਲ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਲਾਂਘਾ ਦੇਣ ਲਈ ਤਿਆਰ ਹਾਂ। ਅਤੇ ਮੈਂ ਉਦੋਂ ਕਿਹਾ ਸੀ ਕਿ ਇਹ ਲਾਂਘਾ ਕਦੀ ਨਹੀਂ ਰੁਕ ਸਕਦਾ, ਇਹ ਲਾਂਘਾ ਬਣ ਕੇ ਰਹੇਗਾ, ਔਰ 8 ਨਵੰਬਰ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਵਾਂਗੇ। ਹਾਲਾਂਕਿ ਦੋਵੇਂ ਪਾਸੇ ਆਈ ਕੁੜੱਤਣ ਨੇ ਰਿਸ਼ਤਿਆਂ ਨੂੰ ਥੋੜ੍ਹਾ ਮੱਧਮ ਜ਼ਰੂਰ ਕੀਤਾ,
ਪਰ ਇਸ ਦੇ ਬਾਵਜੂਦ ਵੀ ਦੋਵੇਂ ਦੇਸ਼ ਬਾਬਾ ਨਾਨਕ ਦੇ ਦਰ ਨੂੰ ਸੰਗਤਾਂ ਲਈ ਖੋਲ੍ਹਣ ਪ੍ਰਤੀ ਗੰਭੀਰ ਦਿਖਾਈ ਦੇ ਰਹੇ ਨੇ। ਉਮੀਦ ਹੈ ਕਿ ਜਲਦ ਤੋਂ ਜਲਦ ਦੋਵੇਂ ਮੁਲਕ ਕੰਮ ਪੂਰਾ ਕਰਨਗੇ ਅਤੇ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜਾ ਕੇ ਆਪਣਾ ਸੀਸ ਝੁਕਾ ਸਕਣਗੀਆਂ। ਗੁਰਦਾਸਪੁਰ ਤੋਂ ਰਵੀ ਕੁਮਾਰ, ਪੰਜਾਬੀ ਲੋਕ ਚੈਨਲ।